ਇਬਾਦਤ ਵੀ ਚੱਲੀਏ। ਇਬਾਦਤ ਦਾ ਪਾਸਪੋਰਟ ਬਣ ਗਿਆ ਸੀ ਜੀ, ਅਤੇ ਆਹ ਟੈਚੀਆਂ ਰੈਡੀ ਨੇ, ਹੁਣ ਆਪਾਂ ਚੱਲੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਿਉਣਾ, ਤੁਸੀਂ ਦੇਖ ਰਹੇ ਹੋ ਹੈਪੀਐਸਟ ਕਪਲ। ਅੱਜ ਚੱਲੇ ਹਾਂ ਜੀ ਪਿੰਡ, ਕਿਉਂਕਿ ਇੱਕ ਦੋ ਕੰਮ ਜ਼ਰੂਰੀ ਨੇ। ਮੰਮੀ ਨੇ ਵੀ ਪਿੰਡ ਜਾਣਾ ਹੈ, ਕਿਉਂਕਿ ਅਸੀਂ ਦੋ ਕੁ ਦਿਨ ਬਾਅਦ ਚਲੇ ਜਾਣਾ ਹੈ ਬਟਾਲੇ ਅਤੇ ਕਿਰਨ ਦੇ ਪੇਕਿਆਂ, ਅਤੇ ਮੰਮੀ ਵੀ ਹੁਣ ਫਿਰ ਪਿੰਡ ਚੱਲੇ ਨੇ। ਜਦੋਂ ਪਿੰਡ ਤੋਂ ਵਾਪਸ ਆਵਾਂਗੇ ਫਿਰ ਉਸ ਤੋਂ ਅਗਲੇ ਦਿਨ ਹੀ ਅਸੀਂ ਨਿਕਲ ਜਾਣਾ ਬਟਾਲੇ, ਸੋ ਮੰਮੀ ਨੂੰ ਵੀ ਪਿੰਡ ਛੱਡ ਆਈਏ ਨਾਲ। ਇਬਾਦਤ ਚੱਲੀ ਆਪਣੇ ਫਿਰ ਦਾਦੂ ਦੇ ਕੋਲ। ਇਹ ਅੱਜ ਇਹਨੇ ਬਹੁਤ ਤੰਗ ਕੀਤਾ, ਵੱਡਾ ਬੈਗ ਇੱਕ ਲੈ ਚਲਦੇ ਆ ਮੰਮੀ ਦਾ ਹੁੰਦਾ। ਚਲੀਏ ਫਿਰ ਕੈਲੀਫੋਰਨੀਆ। ਲਓ ਜੀ ਬੈਗ ਰੈਡੀ, ਇਬਾਦਤ ਵੀ ਚੱਲੀਏ। ਇਬਾਦਤ ਦਾ ਪਾਸਪੋਰਟ ਬਣ ਗਿਆ ਸੀ ਜੀ, ਅਤੇ ਆਹ ਟੈਚੀਆਂ ਰੈਡੀ ਨੇ, ਹੁਣ ਆਪਾਂ ਚੱਲੇ ਹਾਂ ਜੀ ਕੈਲੀਫੋਰਨੀਆ। ਸਾਡਾ ਪਿੰਡ ਕੌਲੀ, ਅਤੇ ਉਹਦੇ ਪਿੱਛੇ ਲਾ ਕੇ ਫੋਰਨੀਆ ਦੀ ਵੀਜ਼ਾ ਹੈ ਮੰਮੀ, ਕੈਲੀਫੋਰਨੀਆ ਦਾ ਵੀਜ਼ਾ ਲਾ ਕੇ ਆਪਣਾ। ਤੁਸੀਂ ਆਪਣਾ ਬੈਗ ਕਿਉਂ ਚੱਕੀ ਪਿਓ, ਵੱਡਾ ਬੈਗ? ਗਰਮ ਕੱਪੜੇ ਨੇ ਇਹ ਰੱਖਣ ਦੇ, ਕੋਟਨ ਦੇ ਲਿਆਣੀ ਤੁਸੀਂ ਗਰਮੀਆਂ ਦੇ। ਸਕੀਮ ਨਾ ਪਾਓ ਤੁਸੀਂ। ਨਹੀਂ ਨਹੀਂ ਸਕੀਮ ਕੀ, ਹਾਏ ਤੇ ਗਰਮ ਕੱਪੜੇ ਮੋਟਣ ਫਾਹੇ ਜਾਂਦੇ ਨੇ, ਇਹ ਰੱਖਾਂਗੇ ਨਾ ਦੂਸਰੇ ਲਿਆਂ, ਫਿਰ ਹੁਣ ਤੁਸੀਂ ਵੀ ਤਾਂ ਚੱਲੇ ਹੋ। ਤੁਸੀਂ ਸਾਨੂੰ ਟਾਈਮ ਲੱਗ ਜਾਣਾ ਉੱਥੇ। ਆਜੋ ਲਈ ਫਿਰ, ਉਹਨੇ ਚ ਗਰਮੀ ਫੁੱਲ ਆ ਜਾਣੀ। ਸਹੀ ਗੱਲ ਹੈ। ਕੋਈ ਸਮਾਨ ਕੋਈ ਲੈ ਕੇ ਤਾਂ ਜਾਣਾ, ਕੋਈ ਮਤਲਬ ਕਰੇਲੇ ਚੱਕ ਲੈਣੇ, ਹਾਂ ਸਟੇਰਲਾਈਜ਼ਰ ਚੱਕ ਰਹੇ, ਬੋਟਲਸ ਦੋ ਚੱਕ ਲਈਆਂ ਨੇ। ਲਓ ਜੀ 4 ਵਜ ਗਏ ਤੇ ਪਹੁੰਚ ਗਏ ਸੀ ਕੈਲੀਫੋਰਨੀਆ। ਕੈਲੀਫੋਰਨੀਆ ਤੇ ਜਾਣ ਤੋਂ ਪਹਿਲਾਂ, ਘਰ ਜਾਣ ਤੋਂ ਪਹਿਲਾਂ ਵੀਰੇ ਦੇ ਕੈਫੇ ਤੋਂ ਪਹਿਲਾਂ ਆਪਾਂ ਕੁਝ ਖਾ ਕੇ ਜਾਂਦੇ ਹਾਂ, ਕਿਉਂਕਿ ਲੱਗੀ ਵੀ ਭੁੱਖ, ਰੋਟੀ ਬਣਨ ਨੂੰ ਲੱਗ ਜਾਣਾ ਟਾਈਮ, ਤੇ ਕੋਈ ਸੈਂਡਵਿਚ ਵਗੈਰਾ ਦੇਖਦੇ ਹਾਂ ਖਾਂਦੇ ਹਾਂ। ਕਿਹੜੇ ਮੰਮੀ ਛੱਗੀ ਪਰ ਸੈਂਡਵਿਚ? ਇਬਾਦਤ ਵੀ ਖਾਏਗੀ? ਮੇਰੀ ਕੁੜੀ ਪਹੁੰਚੀ ਸਭ ਤੋਂ ਪਹਿਲਾਂ। ਅੱਛਾ ਨੇ ਮੰਮੀ, ਇੱਧਰ ਆਜੋ ਸਾਹਮਣੇ, ਇੱਧਰ ਲੁਕੇ ਬੈਠੇ ਸਾਰੇ ਇੱਕ ਦੂਸਰੇ ਤੋਂ, ਟ੍ਰਾਇੰਗਲ ਜੇ ਬਣ ਕੇ ਕੁਰਸੀ ਤੇ ਜਾਣਾ ਬਾਬੂ। ਗੱਡੀ 'ਚ ਨਹੀਂ ਸੁੱਤੀ? ਨਾ ਗੱਡੀ 'ਚ ਵੀ ਨਹੀਂ ਸੁੱਤੀ। ਠੀਕ ਹੈ, ਸਾਨੂੰ ਬਰਗਰ ਖਾਂਦਾ ਵੇਖ ਡੈਡੀ ਜੀ ਨੇ ਗੱਡੀ ਦੀ ਮਾਰੀ ਬ੍ਰੇਕ, ਇੱਧਰ ਨੂੰ ਸਾਡੇ ਵੱਲ ਨੂੰ ਮੰਮੀ, ਵਧੀਆ ਲਾਈਨ ਬਣ ਗਈ। ਸਾਨੂੰ ਬਰਗਰ ਖਾਂਦਾ ਵੇਖ ਡੈਡੀ ਨੇ ਮਾਰੀ ਗੱਡੀ ਦੀ ਬ੍ਰੇਕ। ਆਜੋ ਜੀ ਆਜੋ, ਕੀ ਗੱਲ ਬੱਚੇ, ਦਾਦੂ ਬੱਚੇ, ਹਾਂ ਦਾਦੂ ਬੱਚੇ, ਕੀ ਗੱਲ ਹੋ ਗਈ, ਦਾਦੂ ਆ ਗਏ ਤੁਹਾਡੇ? ਹਾਂ ਚੱਲ ਬਸ, ਸਤਿ ਸ਼੍ਰੀ ਅਕਾਲ ਬਾਬਾ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਪਾਪਾ ਜੀ, ਸਤਿ ਸ਼੍ਰੀ ਅਕਾਲ। ਹਾਂ ਮੇਰਾ ਦਾਦੂ, ਮੇਰਾ ਬੱਚਾ, ਮੇਰਾ ਬੱਚਾ ਨਹੀਂ, ਮੂੰਹ ਖੋਲ ਵਿੱਚ ਦੋ ਲੰਨਾ, ਮੇਰਾ ਦਾਦੂ ਜੀ, ਮੇਰਾ ਚੋਨਾ ਬੱਚਾ। ਹਾਂ ਕਿੱਥੇ ਲੈ ਗਿਆ ਜੀ ਤੂੰ, ਹੈ ਬੁੱਤੂ? ਹੈਲੋ, ਮੇਰਾ ਚੋਨਾ ਬੱਚਾ ਆ ਗਿਆ,
ਪੇਟ ਪੂਜਾ ਹੋ ਗਈ ਮਸਾਂ ਹੀ। ਆ ਜਾ ਆ ਜਾ ਆ ਜਾ ਆ ਦੇਖੋ ਭੈਣ ਭਰਾ ਦੀ ਬੰਬ ਆਲਮੋਸਟ ਬਰਾਬਰ ਦੇਖ ਰਿਹਾ ਦੇਖ ਰਿਹਾ ਸੁੱਕੇ ਟਿੰਡੇ ਪਿੰਡ ਛੱਡ ਕੇ ਅਸੀਂ ਫੇਰ ਤੋਂ ਪਹੁੰਚ ਗਏ ਰਾਜਪੁਰੇ ਸ਼ਹਿਰ ਕਿਉਂਕਿ ਅੱਜ ਕਿਰਨ ਦੇ ਦੰਦ ਦੀ ਹੋਣੀ ਸੀ ਫਿਟਿੰਗ। ਬੇਕਾਰ ਬੰਦਾ ਹੁਣ ਕੀ ਕਰੀ ਪੈਸੇ ਦਿੱਤੇ ਹੋਏ ਨੇ ਲਾਸਟ ਡੇ ਇਹਦੇ ਕੋਲ ਜਾਣਾ ਤੇ ਉਸ ਤੋਂ ਬਾਅਦ ਅਸੀਂ ਜਾਣਾ ਮੋਹਾਲੀ ਰਾਜਪੁਰੇ ਥੋੜੇ ਜਿਹੇ ਕੰਮ ਨੇ ਕਿਉਂਕਿ ਪਰਸੋਂ ਨਿਕਲਣਾ ਸੀ ਕਿਰਨ ਦੇ ਪੇਕਿਆਂ ਮਤਲਬ ਇਬਾਦਤ ਦੇ ਨਾਨਕੇ ਜੋ ਕਿ ਨਾਨਕੇ ਪਹਿਲੀ ਵਾਰ ਪਹੁੰਚੇਗੀ ਇਬਾਦਤ ਆਪਣੇ ਤੇ ਰਾਜਪੁਰੇ ਥੋੜਾ ਜਿਹਾ ਕੰਮ ਕੁੰਮ ਲੈ ਕੇ ਮਤਲਬ ਜੋ ਵੀ ਕੰਮ ਕੁੰਮ ਕਰਕੇ ਕੰਮ ਕੀ ਹੈ ਮੈਂ ਥੋੜੇ ਜਿਹੇ ਕੱਪੜੇ ਦੇਖਣੇ ਨੇ ਆਪਣੇ ਲਈ ਇਬਾਦਤ ਲਈ ਵੀ ਦੇਖ ਲਈ ਕੁਛ ਤੇ ਗਰਮੀਆਂ ਦੇ ਕੱਪੜੇ ਉਹ ਗਰਮੀਆਂ ਦੇ ਕੱਪੜੇ ਹੈ ਹੀ ਨਹੀਂ ਇਬਾਦਤ ਵਾਸਤੇ ਗਰਮੀ ਕਿਉਂਕਿ ਹੁਣ ਹੋਣੀ ਸ਼ੁਰੂ ਹੋ ਗਈ ਹੈ ਤੇ ਫਿਰ ਅਸੀਂ ਚੱਲੀਏ ਮੋਹਾਲੀ ਮੰਮੀ ਸਾਡੇ ਨਾਲ ਆਏ ਨੇ ਮੰਮੀ ਦੀ ਵੀ ਇੱਥੇ ਟ੍ਰੀਟਮੈਂਟ ਚੱਲਦੀ ਸੀ ਡੈਂਟਲ ਕਲੀਨਿਕ ਦੇ ਮੰਮੀ ਵੀ ਉੱਥੇ ਨੇ ਬਸ ਨਿਬੜ ਕੇ ਫਿਰ ਮੰਮੀ ਚਲੇ ਜਾਣੀ ਮੇਰੇ ਨਾਨਾ ਜੀ ਘਰੇ ਤੇ ਫਿਰ ਮੰਮੀ ਨੇ ਜਾਣਾ ਵਾਪਸ ਪਿੰਡ ਚਲੋ ਆਪਾਂ ਪਹਿਲਾਂ ਡੈਂਟਲ ਕਲੀਨਿਕ ਦੇ ਕਰਵਾ ਕੇ ਟ੍ਰੀਟਮੈਂਟ ਫਿਰ ਚੱਲੀ ਮੋਹਾਲੀ ਆਪਾਂ ਤਾਂ ਆ ਗਏ ਸੀ ਜੀ ਪਿੰਡ ਤੋਂ ਵਾਪਸ ਮੰਮੀ ਉਹਨਾਂ ਨੂੰ ਛੱਡ ਕੇ ਪਿੰਡ ਨਹੀਂ ਛੱਡਿਆ ਐਕਚੁਅਲੀ ਮੰਮੀ ਨੇ ਜਾਣਾ ਸੀ ਮੇਰੇ ਨਾਨਾ ਜੀ ਘਰੇ ਮੰਮੀ ਨੂੰ ਨਾਨਾ ਜੀ ਘਰੇ ਛੱਡ ਕੇ ਤੇ ਅਸੀਂ ਫਿਰ ਮੋਹਾਲੀ ਵੱਲ ਨੂੰ ਆ ਗਏ ਵਾਪਸ ਕੱਲ੍ਹ ਪਹਿਲਾਂ ਸਾਡਾ ਪਲੈਨ ਸੀ 26 ਤਰੀਕ ਨੂੰ ਨਿਕਲਣ ਦਾ ਲੇਕਿਨ ਅਸੀਂ ਚੇਂਜ ਕੀਤਾ ਆਪਣਾ ਪਲੈਨ ਥੋੜ੍ਹਾ ਜਿਹਾ ਅਸੀਂ ਨਿਕਲਣਾ ਜੀ 25 ਤਰੀਕ ਨੂੰ ਕੱਲ੍ਹ ਸ਼ਾਮ ਨੂੰ ਨਿਕਲਾਂਗੇ ਕਾਰਨ ਉਹਦੇ ਪਿੱਛੇ ਇਹ ਹੈ ਕਿ ਅਸੀਂ ਰੁਕਣਾ ਪਹਿਲਾਂ ਜਲੰਧਰ ਰੁਕਣ ਕਰਕੇ ਸਾਨੂੰ ਇੱਕ ਦਿਨ ਪਹਿਲਾਂ ਨਿਕਲਣਾ ਪੈ ਰਿਹਾ ਫਿਰ ਅਸੀਂ ਉਸ ਅਗਲੇ ਦਿਨ ਜਾਵਾਂਗੇ ਕਿਰਨ ਦੇ ਪੇਕਿਆਂ ਅਤੇ ਫਿਰ ਹੁਣ ਆਪਾਂ ਇਹ ਕਰ ਰਹੇ ਜੋ ਵੀ ਪੈਂਡਿੰਗ ਕੰਮ ਨੇ ਮੈਂ ਆਪਣੇ ਪੈਂਡਿੰਗ ਕੰਮ ਨਿਬੇੜ ਰਿਹਾ ਹੈਗਾ ਮੇਰੇ ਪੈਂਡਿੰਗ ਬਹੁਤ ਕੰਮ ਨੇ ਚਲੋ ਬਾਬਾ ਜੀ ਦੀ ਮਿਹਰ ਨਾਲ ਪਿੱਛੇ ਮੁੰਡੇ ਜਿਹੜੇ ਆਪਾਂ ਰੱਖੇ ਹੋਏ ਨੇ ਭਰਾ ਆਪਣੇ ਦੋ ਟੀਮ ਮੈਂਬਰ ਉਹ ਕੰਮ ਸਾਂਭ ਲੈਂਦੇ ਨੇ ਜਿਹੜਾ ਮੇਰਾ ਇਮੀਗ੍ਰੇਸ਼ਨ ਵਾਲਾ ਕੰਮ ਹੈ ਸਾਰਾ ਮੈਂ ਤਾਂ ਔਨਲਾਈਨ ਹੀ ਦੇਖ ਲੈਣਾ ਸਾਰਾ ਅਤੇ ਹੈਗੇ ਨੇ ਮੁੰਡੇ ਵਧੀਆ ਕੰਮ ਕਰਦੇ ਨੇ ਉਸ ਤੋਂ ਇਲਾਵਾ ਪੈਕਿੰਗ ਕਰ ਰਿਹਾ ਇਬਾਦਤ ਦੇ ਕੱਪੜਿਆਂ ਦੀ ਉਹਦੇ ਕੱਪੜਿਆਂ ਦੀ ਜ਼ਿਆਦਾ ਟੈਨਸ਼ਨ ਰਹਿੰਦੀ ਸਾਨੂੰ ਕਿਉਂਕਿ ਹੁਣ ਸਰਦੀ ਐਕਚੁਅਲੀ ਬੇਸਿਕਲੀ ਜਾ ਰਹੀ ਗਰਮੀ ਥੋੜ੍ਹੀ ਆਉਣੀ ਸ਼ੁਰੂ ਹੋ ਗਈ ਹੈ ਇੰਨੀ ਵੀ ਗਰਮੀ ਨਹੀਂ ਆਈ ਲੇਕਿਨ ਇਹਦੇ ਜਿਹੜੇ ਜ਼ਿਆਦਾਤਰ ਕੱਪੜੇ ਸੀ ਇਬਾਦਤ ਦੇ ਬਹੁਤ ਮੋਟੇ ਮੋਟੇ ਕੱਪੜੇ ਸੀ ਸਰਦੀਆਂ ਦੇ ਹੁਣ ਇਹਨੂੰ ਗਰਮੀਆਂ ਦੇ ਕੱਪੜੇ ਸੀ ਲੈ ਕੇ ਜਾ ਰਹੇ ਹਾਂ ਪੈਕ ਕਰ ਰਿਹਾ ਦੋ ਤਿੰਨ ਸੈੱਟ ਇਹਦੇ ਸਰਦੀਆਂ ਦੇ ਵੀ ਰੱਖੇ ਨੇ ਤਾਂ ਕਿ ਜੇ ਠੰਡ ਪੈ ਜਾਵੇ ਤਾਂ ਠੰਡ ਵਾਲਾ ਸਿਸਟਮ ਵੀ ਹੋਣਾ ਚਾਹੀਦਾ ਇਹਦੇ ਕੋਲ ਇਬਾਦਤ ਕੋਲ ਇਹ ਮੇਰੀ ਇਬਾਦਤ ਦਾ ਬੈਗ ਛੋਟਾ ਜਿਹਾ ਸਾਰੀ ਬੋਡੀ ਸੀ ਇਹ ਉਹ ਸਾਰਾ ਪੈਕ ਹੋ ਰਿਹਾ ਇਹ ਬਹੁਤ ਸੁੱਤੀ ਪਈ ਆਰਾਮ ਨਾਲ ਚੰਗਾਣਾ ਚੱਕੀ ਪਈ ਸੀ ਅਤੇ ਇੱਧਰ ਕਿਰਨ ਕਰ ਰਹੇ ਨੇ ਇਹਦੀ ਤਿਆਰੀ ਹਾਂਜੀ ਫਰੋਕੀਆਂ ਵੀ ਲੈ ਚਲੋ ਇਹਦੀਆਂ ਫਰੋਕਸ ਅਸੀਂ ਖਰੀਦ ਕੇ ਇੱਥੋਂ ਮੋਹਾਲੀਓ ਅਤੇ ਉਹਨੂੰ ਧੋ ਕੇ ਰੱਖ ਲਿਆ ਵੀ ਤਾਂ ਕਿ ਵਾਸ਼ ਕਰਨੀਆਂ ਜ਼ਰੂਰੀ ਨੇ ਅਤੇ ਮੈਂ ਚਾਹੁੰਦਾ ਵੀ ਕੁਛ ਕੁ ਲੈ ਚਲਦੇ ਹਾਂ ਬਾਕੀ ਤਾਂ ਗਰਮੀਆਂ 'ਚ ਪਵਾਵਾਂਗੇ ਸਾਨੂੰ ਐਸੀ ਗਰਮੀ ਆ ਜਾਣੀ ਹੈ ਪਰ ਮੈਨੂੰ ਲੱਗਦਾ ਥੋੜ੍ਹੀ ਬਟਾਲੇ ਵਾਲੀ ਸਾਈਡ ਜਿਹੜੀ ਤਾਂ ਹੈਗੀ ਹੈ ਨਾ ਥੋੜ੍ਹੀ ਜਿਹੀ ਹਾਲੇ ਠੰਡ ਹੈਗੀ ਹੈ ਹੈਨਾ ਸ਼ਾਮ ਸਵੇਰ ਦੀ ਠੰਡ ਹੈਗੀ ਹੈ ਅਤੇ ਆਪਾਂ ਇੱਕੋ ਟੈਚੀ ਲੈ ਚੱਲਦੇ ਹਾਂ ਆਪਣੀ ਮੇਰੀ ਤਾਂ ਸਿਰਫ ਟੀ ਸ਼ਰਟਸ ਲੈ ਚੱਲੋ ਹਾਂ ਅਤੇ ਇੱਕ ਚੀਜ਼ ਮੈਂ ਹੋਰ ਦੱਸਦਾ ਗਿਣ ਕੇ ਕੱਪੜੇ ਪਾਉਣੇ ਨੇ ਆਪਾਂ ਤਾਂ ਕਿ ਯਾਦ ਰਹਿੰਦੇ ਨੇ ਕਿੰਨੇ ਕੁ ਪਾਏ ਕੱਪੜੇ ਬਹੁਤ ਗੁਆਚਦੇ ਨੇ ਥੋੜ੍ਹਾ ਹੋ ਜਾਂਦਾ ਨਾ ਆਪਣੇ ਆਪਣੇ ਤਾਂ ਹੋਣਾ ਨਾ
ਕਿ ਜਿੱਥੇ ਸਾਡੇ ਕੱਪੜੇ ਹੋਣਗੇ, ਜੇ ਮੰਮੀ ਵਾਸ਼ ਕਰਦੇ ਕੱਪੜੇ ਜਾਂ ਜੋ ਮੈਂ ਵਾਸ਼ ਕਰਦੀ ਹਾਂ, ਉੱਥੇ ਹੀ ਰੱਖਦੇ ਨੇ ਜਿੱਥੇ ਸਾਡਾ ਸਮਾਨ ਪਿਆ ਹੁੰਦਾ, ਯਾਦ ਰਹਿੰਦੀ ਚੀਜ਼ ਨਾ। ਚਲੋ ਇਹ ਵੀ ਠੀਕ ਹੈ, ਇਹ ਬਾਤ ਹੈ ਤੇ ਕੱਪੜੇ ਪੈਕ ਹੁੰਦੇ ਪਏ ਨੇ, ਕੱਪੜੇ ਮੈਨੂੰ ਹਲੇ ਵੀ ਤੇ ਘੱਟ ਲੱਗ ਰਹੇ ਨੇ। ਕੱਪੜੇ ਮਿਲ ਜਾਂਦੇ ਨੇ ਉਸ ਕੰਟਰੀ ਦੇ ਵਿੱਚ ਅਕੋਰਡਿੰਗ ਟੂ ਕੱਪੜੇ ਉਦਾਂ ਦੇ ਖਰੀਦ ਲੈਣੇ ਚਾਹੀਦੇ ਨੇ, ਹੈ ਨਾ। ਵੈਸੇ ਜੇ ਸਸਤੇ ਨੇ ਕੰਟਰੀ ਉੱਥੇ ਲੈ ਕੇ ਚਲੋ, ਕਾਹਨੂੰ ਭਾਰ ਲੈ ਕੇ ਜਾਣਾ ਫਿਰ ਕੋ। ਮੇਰੇ ਹਿਸਾਬ ਨਾਲ ਨਾ ਐਸੀ ਫਲਾਈਟ ਬੁੱਕ ਕਰੋ ਜਿਹਦੇ 'ਚ ਬੈਗ ਦੀ ਵੀ ਲੋੜ ਨਹੀਂ ਹੁੰਦੀ, ਇੱਕ ਤਾਂ ਇੱਕ ਬੈਗ ਬਹੁਤ ਹੈ, ਹੈ ਨਾ। ਅਤੇ ਉਹ ਫਿਰ ਫਲਾਈਟ ਵੀ ਸਸਤੀ ਪੈਂਦੀ ਹੈ, ਜਿੰਨੇ ਦਾ ਫਲਾਈਟ ਦਾ ਪੈਸਾ ਬਚ ਗਿਆ ਉੰਨੇ 'ਚ ਕੱਪੜੇ ਖਰੀਦ ਲਏ। ਸਕੀਮਾਂ 'ਚ ਆਉਣਾ ਬੜੀਆਂ ਪਾਉਂਦਾ, ਕਾਮਯਾਬ ਇੱਕ ਨਹੀਂ ਹੁੰਦੀ, ਐਂਡ ਵਿੱਚ ਕਿਰਨ ਨੇ ਕਹਿ ਹੀ ਦੇਣਾ ਹੁੰਦਾ ਲੈ ਵੀ ਜਿਉਣਾ ਕਰਾ ਸ਼ੋਪਿੰਗ, ਮੈਂ ਚੱਲੀ ਹਾਂ ਘੁੰਮਣ ਬਾਹਰ। ਆਹ ਜਿਹੜੇ ਮੋਟੇ ਮੋਟੇ ਕਿੰਨੇ ਕੱਪੜੇ ਰੱਖੇ ਹੋਏ ਨੇ, ਇਹਦੇ ਮੈਨੂੰ ਲੱਗਦਾ ਇਹਨਾਂ 'ਚ ਤਾਂ ਕਈ ਐਸੇ ਨੇ ਜਿਹੜੇ ਪਏ ਵੀ ਨਹੀਂ, ਇਹ ਨਹੀਂ ਪਿਆ ਇਹਨੂੰ ਹਾਲੇ ਤੱਕ, ਇਹ ਨਹੀਂ ਪਿਆ ਹਾਲੇ ਤੱਕ, ਇਹ ਵੀ ਨਹੀਂ ਪਿਆ ਇਹਨੂੰ ਹਾਲੇ ਤੱਕ, ਇਹ ਪਿਆ ਸੀ ਇੱਕੋ ਵਾਰੀ। ਔਰ ਇੰਨੇ ਕੱਪੜੇ ਦੇ ਖਰੀਦ ਮੋਟੇ ਮੋਟੇ ਖਰੀਦ ਲਏ, ਬਹੁਤ ਪਏ ਨੇ ਜਿਹੜੇ ਹਾਲੇ ਤੱਕ ਵੇਸਟ ਗਏ ਨੇ। ਚਲੋ ਜੇ ਅਗਲੀ ਵਾਰ ਪਹਿਨਦੇ ਹੋ ਤਾਂ ਪਾ ਲਾਂਗੇ, ਵੈਸੇ ਮੈਨੂੰ ਲੱਗਦਾ ਅਗਲੀ ਵਾਰ ਆਉਣਗੇ। ਹੋਫ ਸਾਡੀ ਕੁੜੀ ਵੱਡੀ ਹੋ ਜਾਵੇ, ਮੋਟੀ ਹੋ ਜਾਵੇ, ਸਾਨੂੰ ਨਹੀਂ ਚਾਹੀਦੇ ਵੀ ਕੱਪੜੇ ਆਉਣ, ਕੋਈ ਗੱਲ ਨਹੀਂ, ਠੀਕ ਹੈ ਨੀ। ਬਾਕੀ ਬਟਾਲੇ ਏਰੀਏ ਵਾਲੇ ਅਸੀਂ ਆ ਰਹੇ ਆ, ਜੇ ਕੋਈ ਸਾਨੂੰ ਮਿਲਣਾ ਚਾਹੁੰਦਾ ਹੈ ਤੇ ਜਰੂਰ ਮਿਲ ਸਕਦਾ ਵਾ, ਹੈਨਾ, ਕਿਉਂਕਿ ਅਸੀਂ ਬਹੁਤ ਟਾਈਮ ਬਾਅਦ ਉਧਰਲੀ ਸਾਈਡ ਜਾ ਰਹੇ ਆ, ਕਾਫੀ ਚਿਰ ਬਾਅਦ ਜਾ ਰਹੇ ਆ, ਮੈਨੂੰ ਲੱਗਦਾ ਮਤਲਬ ਸਾਲ ਦੇ ਅਰਾਊਂਡ ਹੋ ਗਿਆ ਹੋਣਾ ਵਾ, ਵੀ ਇੰਨੇ ਚਿਰ ਬਾਅਦ ਜਾ ਰਹੇ ਆ। ਇਹ ਬਾਅਦ ਫਸਟ ਟਾਈਮ ਆਪਣੇ ਨਾਨਕੇ ਜਾ ਰਹੀ ਆ, ਨਾਨੂ ਨੂੰ ਮਿਲੂਗੀ ਕਿਉਂਕਿ ਨਾਨੀ ਤੇ ਮਾਮੂ ਨੂੰ ਮਿਲ ਗਈ ਸੀ, ਬਾਕੀ ਮੇਰੇ ਜਿਹੜੇ ਚਾਚੇ ਤਾਇਆ ਨਾਲ ਸਾਰਿਆਂ ਨੂੰ ਮਿਲਾਂਗੇ ਆਪਾਂ, ਤੇ ਬੜੀ ਖੁਸ਼ੀ ਜੀ ਹੋ ਰਹੀ, ਬੜੀ ਖੁਸ਼ੀ ਖੁਸ਼ੀ ਪੈਕਿੰਗ ਕਰ ਰਹੇ ਕਿਉਂਕਿ ਕਾਫੀ ਟਾਈਮ ਬਾਅਦ ਜਾ ਰਹੇ ਆ ਇਸ ਕਰਕੇ। ਗੁੱਡ ਮਾਰਨਿੰਗ ਆ ਜੀ, ਵੈਰੀ ਗੁੱਡ ਮਾਰਨਿੰਗ। ਆਏ ਹਾਏ, ਧਾਗੇ ਪੈਕਿੰਗਾਂ ਕਰਦੇ ਕਰਦੇ, ਹੋਰ ਚਲੋ ਇੰਨਾ ਸ਼ੁਕਰ ਆ ਕਿ ਆਪਾਂ ਥੋੜ੍ਹੀ ਬਹੁਤੀ ਪੈਕਿੰਗ ਜਿਹੜੀ ਆ ਰਾਤ ਨੂੰ ਕਰ ਲਈ ਆ, ਕਿ ਥੋੜ੍ਹੀ ਚਲ ਬਾਕੀ ਅਜੇ ਰਹਿੰਦੀ ਆ, ਹੁਣ ਆਪਾਂ ਅੱਜ ਕਰ ਲਵਾਂਗੇ ਥੋੜ੍ਹੀ ਜੀ। ਇੰਨਾ ਇਹ ਸੀ ਕਿ ਇਬਾਦਤ ਨੂੰ ਕੱਲ੍ਹ ਇਬਾਦਤ ਕੱਲ੍ਹ ਦਿਨੇ ਘੱਟ ਸੁੱਤੀ ਸੀ, ਅਤੇ ਉਹਨੂੰ ਰਾਤ ਨੂੰ ਜਦੋਂ ਦੁੱਧ ਪਿਲਾ ਕੇ ਫਿਰ ਉਸ ਤੋਂ ਬਾਅਦ ਉਹਨੂੰ ਝੂਲੇ 'ਚ ਲਵੇ ਪਾਇਆ ਉੱਥੇ ਸੌਂ ਗਈ, ਉਹ ਬੜੀ ਗੂੜੀ ਨੀਂਦ ਸੁੱਤੀ ਝੂਲੇ ਦੇ ਵਿੱਚ। 8 ਕੁ ਵਜੇ ਆਪਾਂ ਨੂੰ ਦੁੱਧ ਪਿਲਾਇਆ ਸੀ ਅਤੇ ਉਸ ਤੋਂ ਬਾਅਦ ਇਹ ਝੂਲੇ ਵਿੱਚ ਸੌਂ ਗਈ, ਅਤੇ ਫਿਰ ਰਾਤ ਨੂੰ 1:30 ਵਜੇ ਉੱਠੀ, ਇੰਨੀ ਗੂੜੀ ਨੀਂਦ ਸੁੱਤੀ, 8-9 ਦੇ ਵਿੱਚ ਦੁੱਧ ਪਿਲਾਇਆ ਹੋਣਾ, ਕੰਮ ਕਰ ਲਿਆ ਸੀ ਬਹਾਨੇ ਸੀ ਸਾਰਾ ਕੰਮ ਕਰ ਲਿਆ, ਫਿਰ ਆਪਾਂ ਵੀ ਮੈਂ ਵੀ ਥੱਕ ਗਈ, ਹੈ ਨਾ। ਅਤੇ ਕਿਉਂਕਿ ਕੱਲ੍ਹ ਆਪਾਂ ਪਿੰਡੋਂ ਵੀ ਆਏ, ਉੱਥੇ ਰਾਜਪੁਰੇ ਵੀ ਥੋੜ੍ਹਾ ਕੰਮ ਸੀ, ਦੰਦ ਕੋਲ ਦੰਦ ਲਵਾਉਣ ਵੀ ਗਏ ਸੀ, ਤਾਂ ਫਿਰ ਜਿਹਦੇ ਕਰਕੇ ਥੋੜ੍ਹਾ ਬੋਡੀ ਨੂੰ ਥਕਾਵਟ ਹੋ ਗਈ, ਅਤੇ ਇਸ ਕਰਕੇ ਥੋੜ੍ਹਾ ਬਹੁਤਾ ਪੈਕਿੰਗ ਪੁਕਿੰਗ ਕਰ ਲਈ ਹੈ, ਬਾਕੀ ਜਿਹੜਾ ਥੋੜ੍ਹਾ ਬਹੁਤਾ ਹੁਣ ਜਿਹੜਾ ਉਹ ਕਰ ਕੁਰ ਕੇ ਅਤੇ ਫਿਰ ਆਪਾਂ ਨਿਕਲਦੇ ਹਾਂ, ਹੈ ਨਾ। ਹੁਣ ਵੀ ਮਹਾਰਾਣੀ ਸੁੱਤੀ ਹੋਈ ਸੀ, ਮੈਨੂੰ ਸਿਰਹਾਣਾ ਤਾਂ ਦੇ ਦਿੱਤਾ ਸੀ ਗਰਦਨ ਉੱਚੀ ਰਹੇ ਵੀ ਨੀਵੇਂ ਨਾ ਰਹੇ, ਕਈ ਵਾਰ ਦੁੱਧ ਬੱਚਾ ਸਪਿਟ ਕਰ ਦਿੰਦਾ ਤਾਂ ਫਿਰ ਫਰ ਬਚਾ ਰਹੇ, ਚੰਗੀ ਤਰ੍ਹਾਂ ਢੱਕ ਕੇ ਸਵਾਇਆ ਇਹਨੂੰ, ਸਵੇਰ ਸਵੇਰ ਉੱਠ ਕੇ ਚੰਗਾਣਾ ਚੱਕਦੀਆਂ ਨੇ ਉੱਠ ਕੇ, ਅਤੇ ਫਿਰ ਉੱਠ ਕੇ ਜਦੋਂ ਇਹਦੇ ਵਿੱਚ ਲੰਮੇ ਪਾਇਆ ਨਾ, ਉਦੋਂ ਅੱਖਾਂ ਖੋਲ ਲੈਂਦੀ ਉਸੇ ਵੇਲੇ ਜਦੋਂ ਤੈਨੂੰ ਥੱਲੇ ਲੰਮੇ ਪਾਉਂਦੇ ਗੋਦੀ ਤੋਂ ਚੱਕ ਕੇ, ਫਿਰ ਹੁਣੇ ਆਪ ਹੀ ਸੌਂ ਗਈ ਆ। ਝੂਲੇ ਦਾ ਸੁੱਖ ਤਾਂ ਬਹੁਤ ਜ਼ਿਆਦਾ, ਵੈਸੇ ਐਵੇਂ ਝੂਠ ਬੋਲੀਏ, ਝੂਲੇ ਦਾ ਬਹੁਤ ਸੁੱਖ ਆ, ਕਿਉਂਕਿ ਇੱਕ ਤਾਂ ਗੋਦੀ 'ਚ ਬੰਦਾ ਲੈ ਕੇ ਬੈਠਾ ਰਹਿੰਦਾ ਥੱਕ ਜਾਂਦਾ ਵਾ, ਅਤੇ ਇੱਦਾਂ ਹੀ ਗੂੜੀ ਨੀਂਦ 'ਚ ਸੁੱਤਾ ਰਹਿੰਦਾ ਵੀ ਬੱਚਾ, ਕਿਉਂਕਿ ਉਹਨੂੰ ਝੂਲਿਆ ਹੁਲਾਰੇ ਮਿਲਦੇ ਰਹਿੰਦੇ ਆ ਨਾ, ਇਹਦੇ ਕਰਕੇ ਸੁੱਤਾ ਰਹਿੰਦਾ। ਅਤੇ ਬਸ ਅੱਜ ਫਿਰ ਆਪਾਂ ਨਿਕਲਦੇ ਹਾਂ, ਬੜੇ ਟਾਈਮ ਬਾਅਦ ਜਾ ਰਹੀ ਹਾਂ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੰਦਰੋਂ,
ਕਿ ਇੰਨੇ ਚਿਰ ਬਾਅਦ ਮੈਂ ਆਪਣੇ ਉਧਰ ਏਰੀਏ ਚ ਜਾ ਰਹੀ ਆ ਹੁੰਦਾ ਹੀ ਆ ਹਨਾ ਹਰ ਇੱਕ ਨੂੰ ਹੁੰਦਾ ਹਰ ਇੱਕ ਲੇਡੀ ਨੂੰ ਹੁੰਦਾ ਆਪਣੇ ਪੇਕੇ ਜਾਣੇ ਚਾ ਪੇਕੇ ਜਾਣ ਦਾ ਚਾ ਮੈਨੂੰ ਵੀ ਬਹੁਤ ਜ਼ਿਆਦਾ ਵਾ ਤੇ ਇਹ ਮੈਨੂੰ ਵੀ ਨਾਲ ਲਈ ਜਾ ਰਹੇ ਨੇ ਆਪਣੇ ਪੇਕੇ ਤੇ ਕਿਉਂ ਤੁਸੀਂ ਨਹੀਂ ਜਾਂਦੇ ਹੈ ਤੁਸੀਂ ਨਹੀਂ ਜਾਂਦੇ ਨਹੀਂ ਜਾਣਾ ਹੈ ਤੇ ਆਪਾਂ ਸਾਰੇ ਤੈਨੂੰ ਜਾਵਾਂਗੇ ਪੂਰੀ ਫੈਮਿਲੀ ਆਪਣੀ ਉੱਥੇ ਬਿਠਾਈ ਰੱਖੋਗੇ ਆਪਣੇ ਨਾਲ ਮੈਨੂੰ ਸਹੀ ਗੱਲ ਚਲੋ ਫਿਰ ਕੀ ਹੈ ਘੁੰਮਣਾ ਫਿਰ ਨਹੀਂ ਹੁੰਦਾ ਨਾਲੇ ਉਹ ਵੀ ਸਾਰੇ ਯਾਦ ਕਰਦੇ ਨੇ ਵੀ ਆਏ ਨਹੀਂ ਹਲੇ ਤੱਕ ਬਸ ਬਸ ਸਹੀ ਗੱਲ ਉਹਨਾਂ ਨੇ ਨਹੀਂ ਪੁੱਛਣਾ ਵੀ ਤੂੰ ਆਈ ਤੂੰ ਕਿਹਨੂੰ ਤੂੰ ਰਹਿਣ ਵਾਸਤੇ ਆ ਰਿਹਾ ਉਹ ਤੁਹਾਨੂੰ ਸਾਰੇ ਵੱਲੋਂ ਪੁੱਛਦੇ ਅਤੇ ਫਿਰ ਇਸ ਕਰਕੇ ਆਪਾਂ ਹੁਣ ਅੱਜ ਜਾ ਅੱਜ ਚੱਲ ਜਾਣਾ ਵਾ ਮਤਲਬ ਅੱਜ ਤਾਂ ਨਹੀਂ ਪਹੁੰਚਾਂਗੇ ਅੱਜ ਮੇਰੀ ਮਾਸੀ ਜੀ ਨੇ ਜਲੰਧਰ ਅਸੀਂ ਉਹਨਾਂ ਕੋਲ ਉੱਥੇ ਰਾਤ ਰਹਿਣਾ ਵਾ ਅਤੇ ਕੱਲ੍ਹ ਪਹੁੰਚਾਂਗੇ ਫਿਰ ਆਪਾਂ ਪਿੰਡ ਕਿਰਨ ਨੇ ਆਪਣੇ ਮੈਂ ਵਾਲਾ ਨੂੰ ਕਲਰ ਕਰਵਾਇਆ ਕਾਫੀ ਟਾਈਮ ਹੋ ਗਿਆ ਵਾ ਅਤੇ ਹੁਣ ਰੋਪੜ ਦੇ ਰਸਤੇ 'ਚ ਮੈਂ ਸੋਚਿਆ ਸੀ ਕਿ ਜਾਂਦੇ ਜਾਂਦੇ ਕਲਰ ਕਰਵਾ ਲੂੰਗੀ ਹੇਅਰ ਕਲਰ ਚਲੋ ਅੱਜ ਅਸੀਂ ਨਿਕਲਦੇ ਆ ਤਿਆਰ ਤੁਰ ਹੋ ਕੇ ਮੈਂ ਵੀ ਤੁਸੀਂ ਆਪਣੇ ਵਾਲਾਂ ਨੂੰ ਰੰਗ ਲਾਓ ਮੈਂ ਵੀ ਆਪਣੇ ਵਾਲਾਂ ਨੂੰ ਰੰਗ ਲਾ ਲਾਂ ਆਓ ਤੁਸੀਂ ਵੀ ਆਪਣਾ ਹਾਰ ਸ਼ਿੰਗਾਰ ਕਰ ਲਓ ਇਹ ਵੀ ਜ਼ਰੂਰੀ ਆ ਹਾਰ ਸ਼ਿੰਗਾਰ ਕਰਨਾ ਕੀ ਕਰੀਏ ਭਰਾਓ ਦਾੜੀਆਂ ਹੁਣ ਚਿੱਟੀਆਂ ਹੋਣ ਲੱਗ ਗਈਆਂ ਤੜੀਆਂ ਤੜੀਆਂ ਰੰਗ ਤਾਂ ਲਾਣਾ ਪੈਂਦਾ ਜੀ ਸਹੁਰਿਆਂ ਜਾਣਾ ਸਹੁਰਿਆਂ ਜਾਣਾ ਚਲੋ ਕੋਈ ਨੀ ਤੁਸੀਂ ਵੀ ਹੋ ਜਾਓ ਰੈਡੀ ਤੇ ਆਪਾਂ ਫਿਰ ਰੈਡੀ ਰੁਡੀ ਹੋ ਕੇ ਪਹਿਲਾਂ ਇੰਨਾ ਉਹ ਨਹੀਂ ਹੁੰਦਾ ਹੁਣ ਇਬਾਦਤ ਕਰਕੇ ਆਪਾਂ ਨੂੰ ਪੂਰੀ ਉਹ ਪੈਕਿੰਗ ਦਾ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਪੈਂਦਾ ਵਾ ਇਸ ਕਰਕੇ ਫਿਰ ਆਪਾਂ ਨੂੰ ਇੱਕ ਦਿਨ ਪਹਿਲਾਂ ਹੀ ਕਰਨੀ ਪੈਂਦੀ ਹੈ ਮੈਨੂੰ ਤਾਂ ਇਹ ਆ ਕੱਲ੍ਹ ਨੂੰ ਇਨ ਫਿਊਚਰ ਜਦੋਂ ਅਸੀਂ ਕਿਤੇ ਫੋਰਨ ਕੰਟਰੀ ਟ੍ਰਿਪ 'ਤੇ ਗਏ ਉਦੋਂ ਸਾਨੂੰ ਕਿੰਨਾ ਧਿਆਨ ਰੱਖਣਾ ਪੈਣਾ ਨਿੱਕੀ ਤੋਂ ਨਿੱਕੀ ਚੀਜ਼ ਦਾ ਇਹਦਾ ਧਿਆਨ ਰੱਖਣਾ ਪਊਗਾ ਸਾਨੂੰ ਅਤੇ ਚਲੋ ਕੋਈ ਨਹੀਂ ਉਦੋਂ ਵੀ ਕਰ ਲਾਂਗੇ ਜਦੋਂ ਵੀ ਜਾਣਾ ਹੋਇਆ ਨਾਲੇ ਥੋੜ੍ਹੀ ਸਿਆਣੀ ਹੋ ਜਾਊਗੀ ਵੱਡੀ ਹੋ ਜਾਊਗੀ ਹੁਣ ਹੋ ਰਹੀ ਹੈ ਵੱਡੀ ਥੋੜ੍ਹੀ ਸਿਆਣੀ ਹੋ ਰਹੀ ਹੈ ਜਿੱਦ ਵੀ ਕਰਦੀ ਥੋੜ੍ਹੀ ਥੋੜ੍ਹੀ ਹੁਣ ਅਤੇ ਚਲੋ ਠੀਕ ਆ ਮਿਲਦੇ ਹਾਂ ਆਪਾਂ ਤੁਹਾਨੂੰ ਹੁਣ ਕੱਲ੍ਹ ਇੱਕ ਨਵੇਂ ਵਲੌਗ ਨਾਲ ਬਟਾਲੇ ਵਾਲੇ ਏਰੀਏ 'ਚ ਅਤੇ ਉਦੋਂ ਤੱਕ ਬਾਏ 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 ਬਾਏ।